ਬੋਲੀ ਨੂੰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਕੋਈ ਕੰਟਰੋਵਰਸ਼ੀਅਲ ਟੌਪਿਕ ਬਾਰੇ ਅੱਜ ਗੱਲ ਕਰਨੀ ਆ ਇਹ ਹੈਗਾ ਕਾਤੇ ਅੱਜ ਕੱਲ ਦੇ ਨਿਆਣਿਆਂ ਨੂੰ ਪੰਜਾਬੀ ਸਿੱਖਣੀ ਚਾਹੀਦੀ ਆ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਆ ਬਿੱਲੀ ਜੀ ਹੈ ਤਾਂ ਪੰਜਾਬੀ ਆਪਣੀ ਮਾਂ ਬੋਲੀ ਆ ਪਰ ਜੇ ਸਾਨੂੰ ਚੇਤਾ ਭੁੱਲ ਗਿਆ ਸਾਡੀ ਪੰਜਾਬੀ ਮਾਂ ਬੋਲੀ ਆ ਫਿਰ ਜੇ ਅਗਲੇ ਪੀੜ੍ਹੀ ਆ ਜਦੋਂ ਸਾਡੇ ਨਿਆਣੇ ਹੋ ਗਏ ਆ ਤੇ ਉਹਨੂੰ ਪਤਾ ਨਹੀਂ ਹੋਣਾ ਪੰਜਾਬੀ ਅੰਗਰੇਜ਼ੀ ਇਕੱਲੀ ਆਉਣੀ ਆ ਕੋਸ਼ਿਸ਼ ਕਰਨੀ ਚਾਹੀਦੀ ਪੰਜਾਬੀ ਬੋਲਣ ਦੀ ਅੱਜ ਕੱਲ੍ਹ ਤੇ ਜੌਬਾਂ ਵਿੱਚ ਤੁਸੀਂ ਲੈਣੀ ਵੀ ਹੈ ਕੋਈ ਨਵੀਂ ਜੌਬ ਉਹ ਦੇਖਦੇ ਆ ਤਾਂ ਤੁਹਾਨੂੰ ਕੋਈ ਹੋਰ ਲੈਂਗੁਏਜ ਆਉਂਦੀ ਕਈ ਜਾਣੇ ਕਹਿੰਦੇ ਹਾਂ ਅਸੀਂ ਹੋਰ ਕਿਹੜੇ ਲੈਂਗੁਏਜ ਆਉਂਦੀ ਆ ਇਹ ਤੁਹਾਡੇ ਲਈ ਬੈਨੀਫਿਟ ਆ ਪੰਜਾਬੀ ਤੁਹਾਨੂੰ ਆਉਂਦੀ ਆ ਹਾਂਜੀ ਹਾਂਜੀ ਜੇ ਤੀਜੀ ਚੀਜ਼ ਆ ਦੈਟ ਇਜ਼ ਪੰਜਾਬੀ ਸੌਂਗਸ ਜੇ ਸਾਨੂੰ ਪਤਾ ਨਹੀਂ ਪੰਜਾਬੀ ਗਾਣਿਆਂ ਦਾ ਮੀਨਿੰਗ ਕੀ ਆ ਤਾਂ ਅਸੀਂ ਉੱਦਾਂ ਸੁਣਦੇ ਇੱਕ ਟ੍ਰੈਂਡ ਕਰਕੇ ਤਾਂ ਸਾਰੇ ਸੁਣਦੇ ਆ ਫਿਰ ਫਾਇਦਾ ਕੀ ਸੁਣਦਾ ਜੇ ਮੀਨਿੰਗ ਦਾ ਨਹੀਂ ਪਤਾ ਹਾਂਜੀ ਅਤੇ ਕਈ ਜਿੱਦਾਂ ਵੈਰੀ ਮੀਨਿੰਗਫੁੱਲ ਹੁੰਦੇ ਅਤੇ ਆਪਾਂ ਨੂੰ ਪਤਾ ਨਹੀਂ ਕਈਆਂ ਨੂੰ ਜਿੱਦਾਂ ਜਿਹੜੇ ਨਹੀਂ ਪੰਜਾਬੀ ਬੋਲਦੇ ਉਹਨਾਂ ਦਾ ਕਸੂਰ ਵੀ ਨਹੀਂ ਤਾਂ ਉਹਨਾਂ ਨੂੰ ਨਹੀਂ ਪੰਜਾਬੀ ਆਉਂਦੀ ਪਰ ਆਪਾਂ ਇੱਦਾਂ ਕਹਿੰਦੇ ਤਾਂ ਤੁਸੀਂ ਸਾਨੂੰ ਇਹ ਸਾਡੇ ਏਜ ਦੇ ਸਾਨੂੰ ਕੋਸ਼ਿਸ਼ ਕਰਨਾ ਚਾਹੀਦਾ ਸਿੱਖਣ ਨੂੰ ਹੁਣ ਤਾਂ ਇੰਟਰਨੈਟ 'ਤੇ ਕਿੰਨਾ ਕੁਛ ਮਿਲਦਾ ਆ ਸਿੱਖਣ ਨੂੰ ਅਤੇ ਨਾ ਇਹ ਗਾਂ ਦੇ ਨਿਆਣਿਆਂ ਨੂੰ ਜਿੱਦਾਂ ਹੁਣ ਵਿਆਹ ਅੱਜ ਕੱਲ੍ਹ ਹੁੰਦੇ ਜਿੱਦਾਂ ਗਿੱਧਾ ਬੋਲੀਆਂ ਆਪਾਂ ਪਾਉਂਦੇ ਹਾਂ ਜਾਗੋ ਹੁੰਦੀ ਇੱਦਾਂ ਅਤੇ ਇੱਦਾਂ ਦੇ ਕਿਸੇ ਨੇ ਕਰਨਾ ਨਹੀਂ ਗਾ ਜਿੱਦਾਂ ਗੋਰੇ ਵਿਆਹ ਕਰਦੇ ਸਾਲ ਤਾਂ ਇੱਦਾਂ ਹੀ ਸਾਰਿਆਂ ਨੇ ਕਰਨਾ ਸਹੀ ਆਪਾਂ ਇਹ ਟ੍ਰੈਡੀਸ਼ਨ ਗਾਂ ਇਹ ਵਰਤਣਾ ਚਾਹੁੰਦੇ ਹਾਂ ਆਪਾਂ ਨੂੰ ਪੰਜਾਬੀ ਜ਼ਰੂਰੀ ਆ ਹੁਣ ਇੰਡੀਆ ਦੇ ਵਿੱਚ ਉਹ ਅੰਗਰੇਜ਼ੀ ਸਿਖਾਉਂਦੇ ਆ ਉਹ ਮੇਨ ਲੈਂਗੁਏਜ ਬਣਾਉਣ ਲੱਗੇ ਆ ਪੰਜਾਬੀ ਸਕੂਲ ਖੁੱਲੇ ਆ ਉੱਥੇ ਸਿਖਾਉਂਦੇ ਤੁਹਾਨੂੰ ਤੁਸੀਂ ਕਿੱਦਾਂ ਪੰਜਾਬੀ ਬੋਲਣੀ ਆ ਓਦਾਂ ਵੀ ਤੁਹਾਨੂੰ ਲਿਖਾਉਣੀ ਵੀ ਸਿਖਾਉਂਦੇ ਆ ਹਿਸਟਰੀ ਦੇ ਬਾਰੇ ਹਾਂਜੀ ਤੁਹਾਨੂੰ ਦੱਸਦੇ ਜਿੱਦਾਂ ਵਿਸਾਖੀ ਦਾ ਕੀ ਮੀਨਿੰਗ ਆ ਦੀਵਾਲੀ ਦਾ ਇਹ ਸਾਰੀਆਂ ਏਦਾਂ ਦੀਆਂ ਚੀਜ਼ਾਂ ਤੁਹਾਨੂੰ ਇਹ ਆ ਜਿਹੜਾ ਹੁਣ ਸ਼ਹੀਦ ਭਗਤ ਸਿੰਘ ਜੀ ਸੀ ਉਹਨੇ ਆਪਣੇ ਦੇਸ਼ ਲਈ ਇੰਨਾ ਕੀਤਾ ਅਤੇ ਆਪਾਂ ਗੋਰਿਆਂ ਤੋਂ ਰਾਜ ਛਡਾਇਆ ਅਤੇ ਇਹ ਆਪਾਂ ਅੱਜ ਹੁਣ ਇੰਗਲਿਸ਼ 'ਚ ਹੀ ਬੋਲਣ ਲੱਗ ਪਈਏ ਪੰਜਾਬੀ ਛੱਡ ਕੇ ਅਤੇ ਫਿਰ ਉਹ ਕੀ ਫਾਇਦਾ ਸੀਗਾ ਹਾਂਜੀ ਅਤੇ ਆਪਾਂ ਨੂੰ ਉਹ ਪੰਜਾਬੀ ਕਦੇ ਵੀ ਨਹੀਂ ਭੁੱਲਣੀ ਚਾਹੀਦੀ ਓਵਾਈਜ਼ ਆਪਾਂ ਨੂੰ ਪ੍ਰਾਇਓਰਟੀ ਰੱਖਣੀ ਚਾਹੀਦੀ ਆਪਾਂ ਨੂੰ ਚੇਤਾ ਆਪਾਂ ਨੂੰ ਆਪਣੇ ਚਿੱਤੋਂ ਬਹੁਤ ਕੋਸ਼ਿਸ਼ ਕਰਨੀ ਚਾਹੀਦੀ ਸਿੱਖਣ ਦੀ ਇਟਸ ਅ ਪ੍ਰਿਵਿਲੇਜ ਆਪਾਂ ਕਹਿੰਦੇ ਆਪਾਂ ਨੂੰ ਪੰਜਾਬੀ ਆਉਂਦੀ ਹੈ ਪ੍ਰਿਵਿਲੇਜ ਆ ਆਪਾਂ ਨੂੰ ਮਾਣ ਹੁੰਦਾ ਤਾਂ ਸਾਨੂੰ ਸਾਡੀ ਮਾਂ ਬੋਲੀ ਆਉਂਦੀ ਆ ਜਦੋਂ ਵੱਡੇ ਹੋ ਗਏ ਨਿਆਣਿਆਂ ਨੇ ਇੰਡੀਆ ਨੂੰ ਜਾਣਾ ਨਹੀਂ ਤੇ ਜਿੱਦਾਂ ਨਾ ਉਹਨਾਂ ਨੂੰ ਪਤਾ ਹੋਣਾ ਸਾਡਾ ਕੀ ਆ ਕੌਣ ਆ ਉੱਥੇ ਨਾ ਜਿੱਦਾਂ ਜਿਹੜੇ ਫਿਊਜ ਆ ਆਪਣੇ ਕੋਲ ਉੱਥੇ ਖੇਤ ਉਹ ਵੀ ਨਹੀਂ ਪਤਾ ਹੋਣਾ ਕੀ ਆ ਕਿਸਨੇ ਪਰਵਾਹ ਨਹੀਂ ਕਰਨੀ ਸਾਰਿਆਂ ਨੇ ਬਿਜ਼ੀ ਹੋਣਾ ਆਪਦੇ ਚੀਜ਼ਾਂ ਵਿੱਚ ਸੋ ਇਹ ਆਪਾਂ ਹੁਣ ਨਿਆਣੇ ਨੂੰ ਸਿਖਾਵਾਂਗੇ ਤੇ ਹਾਂਜੀ ਤੇ ਇੱਦਾਂ ਇਕੱਲਾ ਨਹੀਂ ਤਾਂ ਹਾਂ ਅਸੀਂ ਵੀ ਕਹਿੰਦੇ ਜਦੋਂ ਅਸੀਂ ਜਾਂਦੇ ਅਸੀਂ ਨੱਕ ਥੋੜ੍ਹਾ ਜਿਹਾ ਉੱਚਾ ਕਰਦਾ ਜਦੋਂ ਅਸੀਂ ਉੱਥੇ ਰੋਟੀ ਖਾਣੀ ਪੈਂਦੀ ਕਿੰਨੀ ਵਾਰੀ ਡਾਕਟਰ ਨੂੰ ਕਹਿ ਸੀ ਅਸੀਂ ਫਿਰ ਜਦੋਂ ਅਸੀਂ ਘਰੇ ਆਏ ਰਾਤ ਸੀ ਤੇ ਜਦੋਂ ਅਸੀਂ ਆਏ ਕੁੱਤਾ ਛੱਡਤਾ ਮੈਂ ਵੀ ਗੱਡੀ ਦੇ ਇੱਧਰ ਨੂੰ ਗਈ ਫਿਰ ਕੁੱਤਾ ਉਹਦੇ ਪਿੱਛੇ ਨੱਠੀ ਗਿਆ ਪਹਿਲੀ ਵਾਰੀ ਨੱਠੀ ਹਾਂਜੀ ਤੇ ਇਹ ਗੱਲ ਆ ਅਸੀਂ ਵੀ ਇੱਦਾਂ ਦੇ ਆ ਇੱਦਾਂ ਨੀ ਕਹਿੰਦੇ ਅਸੀਂ ਸਾਡੇ ਵੀ
ਅਸੀਂ ਵੀ ਕਈ ਚੀਜ਼ਾਂ ਨਹੀਂ ਲਾਈਕ ਕਰਦੇ ਇੰਡੀਆ ਵਿੱਚ, ਪਰ ਉੱਚੀ ਕਰਦੇ ਕਈ ਵਾਰੀ ਹਾਂ ਯੈ ਤੇ ਪਰ ਇੱਦਾਂ ਆਪਾਂ ਨੂੰ ਸੋਚਣਾ ਚਾਹੀਦਾ ਜਿਹੜੀਆਂ ਚੀਜ਼ਾਂ ਉੱਥੇ ਹੈਗੀਆਂ ਜਿੱਦਾਂ ਲਾ ਲਓ ਹਰਿਮੰਦਰ ਸਾਹਿਬ, ਹੋਰ ਚੀਜ਼ਾਂ ਹਵੇਲੀ, ਬਹੁਤ ਸੋਹਣੀਆਂ ਚੀਜ਼ਾਂ ਜਿੱਥੇ ਇੱਥੇ ਨਹੀਂ ਇੱਦਾਂ ਦੀਆਂ ਚੀਜ਼ਾਂ ਮਿਲਣੀਆਂ, ਜਿਹੜੀ ਉਹ ਉੱਥੇ ਦਾ ਨਜ਼ਾਰਾ ਉਹ ਨਹੀਂ ਮਿਲਣਾ, ਜਿੱਥੇ ਫੈਮਿਲੀ ਆ, ਤੁਸੀਂ ਗੱਲਾਂ ਕਰਦੇ ਰਾਤ ਨੂੰ ਕਿੱਦਾਂ ਸੋਹਣਾ ਲਾਇਆ, ਅਸੀਂ ਹੱਸ ਗਏ ਹਾਂ ਸਾਰੇ ਇਕੱਠੇ ਹੋਏ ਆ, ਜੇ ਫਿਊ ਜੇ ਤੁਸੀਂ ਤੁਰਨ ਜਾਂਦੇ ਕਿੰਨਾ ਸੋਹਣਾ ਲੱਗਦਾ ਆ, ਤੇ ਉੱਥੇ ਦੀ ਜਿੱਦਾਂ ਤੁਸੀਂ ਕਹਿੰਦੇ ਧੁੱਪ ਆ ਜਿੱਦਾਂ ਵੀ ਆ ਸੋਹਣੀ ਲੱਗਦੀ ਹੈ ਦੇਖਣ ਨੂੰ ਵੀ, ਤੇ ਉੱਥੇ ਬਹੁਤ ਸੋਹਣੀਆਂ ਚੀਜ਼ਾਂ ਆ। ਹਾਸਾ ਤਾਂ ਹਾਸਾ ਵੀ ਆ ਪਰ ਸੇਫ ਵੀ ਕਈ ਵਾਰੀ ਬਣਨਾ ਚਾਹੀਦਾ ਆ, ਬਿਕੋਜ਼ ਜਿਹੜੇ ਹੁਣ ਅੱਜ ਟਾਈਮ ਦੇ ਆ ਜੇ ਇੰਡੀਆ ਦੇ ਵਿੱਚ ਕਿਸਾਨਾਂ ਦਾ ਹੁੰਦਾ, ਆਪਾਂ ਸਾਰਿਆਂ ਨੂੰ ਸਪੋਰਟ ਕਰਨੀ ਚਾਹੀਦੀ ਹੈ, ਤੁਸੀਂ ਆਪਣੇ ਪਲੈਟਫਾਰਮ ਵਰਤੋ ਜੋ ਵੀ ਹੈਗਾ ਇੰਸਟਾਗ੍ਰਾਮ ਫੇਸਬੁੱਕ, ਅਸੀਂ ਹੁਣ ਜਿੱਦਾਂ ਬਹੁਤ ਰੌਲਾ ਪਿਆ ਸੀ ਕਈਆਂ ਨੇ ਸ਼ੇਅਰ ਨਹੀਂ ਕੀਤਾ ਕਿਸਾਨਾਂ ਬਾਰੇ, ਆਪਾਂ ਨੂੰ ਫੁੱਲ ਅਵੇਅਰਨੈਸ ਕਰਵਾਉਣੀ ਚਾਹੀਦੀ ਕੀ ਹੋਇਆ ਉੱਥੇ ਅਤੇ ਕੀ ਹੁੰਦਾ ਵੀ ਆ, ਅਤੇ ਆਪਾਂ ਇਹੀ ਕਹਿਣਾ ਚਾਹੁੰਦੇ ਹਾਂ। ਅਤੇ ਅਸੀਂ ਹੋਪ ਕਰਦੇ ਤੁਸੀਂ ਸਾਡੀ ਵੀਡੀਓ ਸੋਹਣੀ ਲੱਗੀ ਤੁਹਾਨੂੰ, ਨਾਲੇ ਤੁਹਾਨੂੰ ਕੁਛ ਪਤਾ ਲੱਗਾ ਸਾਡੇ ਪਰਸਪੈਕਟਿਵ ਬਾਰੇ, ਅਤੇ ਆਪਾਂ ਹੁਣ ਅਗਲੀ ਵੀਡੀਓ ਵਿੱਚ ਮਿਲਾਂਗੇ, ਥੋੜ੍ਹੇ ਜਿਹੇ ਹਾਸੇ ਵਾਲੀ ਵੀਡੀਓ ਬਣਾਵਾਂਗੇ। ਹੋਊਗਾ, ਸਤਿ ਸ਼੍ਰੀ ਅਕਾਲ, ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਵੀ ਕਰੋ, ਹਾਂਜੀ ਮੰਮੀ ਨੂੰ 1,00,000 ਸਬਸਕ੍ਰਾਈਬਰ ਤੱਕ ਲੈ ਜਾਓ ਅਤੇ ਅਸੀਂ ਬਹੁਤ ਖੁਸ਼ ਹੋਊਗੇ। ਹਾਂਜੀ।